ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਬਣਾਉਣ ਜਾ ਰਹੀ ਹਾਂ ਖਜੂਰ ਦੇ ਲੱਡੂ। ਇਸ ਲਈ ਸਭ ਤੋਂ ਪਹਿਲਾਂ ਇਸ ਖਜੂਰ ਲਵਾਂਗੇ ਅਤੇ ਉਸਨੂੰ ਗ੍ਰਾਇੰਡ ਕਰ ਲਵਾਂਗੇ। ਮੈਂ ਖਜੂਰ ਗ੍ਰਾਇੰਡ ਕਰ ਲਈ ਆ, ਇਸ ਲਈ ਮੈਂ ਇਸ ਵਿੱਚ ਹਲਕਾ ਜਿਹਾ ਪਾਣੀ ਪਾਇਆ ਸੀ ਅਤੇ ਗ੍ਰਾਇੰਡ ਹੋ ਗਈ। ਖਜੂਰਾਂ ਨੂੰ ਗ੍ਰਾਇੰਡ ਕਰਨ ਤੋਂ ਬਾਅਦ ਅਸੀਂ ਇੱਕ ਬਰਤਨ ਵਿੱਚ ਦੇਸੀ ਘਿਓ ਪਾ ਕੇ ਉਸਨੂੰ ਗਰਮ ਕਰ ਲਵਾਂਗੇ। ਕਿ ਉਹਦੇ ਗਰਮ ਹੋਣ ਤੋਂ ਬਾਅਦ ਅਸੀਂ ਇਸ ਵਿੱਚ ਡਰਾਈ ਫਰੂਟ ਪਾਵਾਂਗੇ। ਇਸ ਲਈ ਮੈਂ ਇੱਕ ਕੱਪ ਡਰਾਈ ਫਰੂਟ ਦਾ ਲਿਆ, ਜਿਸ ਵਿੱਚ ਬਦਾਮ, ਅਖਰੋਟ, ਪਿਸਤਾ ਅਤੇ ਕਾਜੂ ਲਏ ਨੇ। ਇਹਨੂੰ ਹੁਣ ਥੋੜ੍ਹਾ ਜਿਹਾ ਰੋਸਟ ਕਰ ਲਵਾਂਗੇ। ਇਹਨੇ ਕਰੰਚੀ ਪਾਣ ਲਈ ਹੁਣ ਇਸ ਵਿੱਚ ਮੈਂ ਥੋੜ੍ਹੀ ਸੋਗੀ ਐਡ ਕਰ ਰਹੀ ਹਾਂ। ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹੁਣ ਇਸ ਵਿੱਚ ਮੈਂ ਐਡ ਕਰ ਰਹੀ ਹਾਂ ਖਜੂਰਾਂ ਦੀ ਪੇਸਟ। ਇਸ ਨੂੰ ਅਸੀਂ ਜ਼ਿਆਦਾ ਨਹੀਂ ਭੁੰਨਣਾ, ਵੱਧ ਤੋਂ ਵੱਧ 5 ਮਿੰਟ ਭੁੰਨਾਂਗੇ। ਪੰਜ ਮਿੰਟ ਭੁੰਨਣ ਤੋਂ ਬਾਅਦ ਅਸੀਂ ਸਟੋਵ ਨੂੰ ਬੰਦ ਕਰ ਦੇਵਾਂਗੇ ਅਤੇ ਇਸ ਨੂੰ ਢੱਕ ਕੇ ਰੱਖ ਦੇਵਾਂਗੇ। ਹੁਣ ਸਾਡੇ ਖਜੂਰ ਹਲਕੇ ਗਰਮ ਨੇ, ਇਸ ਨੂੰ ਜ਼ਿਆਦਾ ਠੰਡਾ ਨਹੀਂ ਕਰਨਾ, ਨਹੀਂ ਤਾਂ ਫਿਰ ਲੱਡੂ ਬਣਾਉਣੇ ਹਾਰਡ ਹੋ ਜਾਂਦੇ ਆ। ਅਸੀਂ ਆਪਣੇ ਹੱਥ 'ਤੇ ਹਲਕਾ ਜਿਹਾ ਘਿਓ ਲਾ ਕੇ ਇਸਦੇ ਲੱਡੂ ਬਣਾ ਲਵਾਂਗੇ। ਦੇਖ ਸਕਦੇ ਹੋ ਕਿ ਸਾਡੇ ਲੱਡੂ ਰੈਡੀ ਨੇ। ਤੁਸੀਂ ਦੇਖ ਸਕਦੇ ਹੋ ਕਿ ਸਾਡੇ ਖਜੂਰ ਦੇ ਲੱਡੂ ਰੈਡੀ ਨੇ। ਇਹ ਖਾਣ ਵਿੱਚ ਜਿੰਨੇ ਸਵਾਦ ਹੁੰਦੇ ਹਨ ਉਨੇ ਹੈਲਥੀ ਨੇ। ਥੈਂਕ ਯੂ।